ਭਾਈ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਆ। ਤੁਸੀਂ ਇੱਕ ਕਮੈਂਟ ਦੇ ਵਿੱਚ ਪੰਥ ਨੂੰ ਗਾਲ ਕੱਢੀ ਆ ਜੀ। ਨਹੀਂ ਮਹਾਰਾਜ, ਮੈਂ ਪੰਥ ਨੂੰ ਗਾਲ ਨਹੀਂ ਕੱਢੀ। ਪੰਥ ਤਾਂ ਸਾਡਾ ਸਭ ਤੋਂ ਬੜਾ ਪਿਆਰਾ ਹੈ। ਓਕੇ ਵੀਰ, ਮਹਾਰਾਜ, ਬਹੁਤ ਸੋਸ਼ਲ ਮੀਡੀਆ ਤੇ ਤੁਸੀਂ ਨਾ ਤੁਹਾਡੀ ਤੁਸੀਂ ਪਲੀਜ਼ 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 ਮੇਰੀ ਗੱਲ ਸੁਣ ਲਓ ਪਲੀਜ਼। ਮੈਂ ਨਾ ਥੋੜਾ ਇੱਕ ਥੋੜੀ ਗੱਲ ਕੀਤੀ ਸੀ ਮਾੜਾ ਜਿਹਾ। ਪੰਥ ਨੂੰ ਮੈਂ ਗਾਲ ਨਹੀਂ ਕੱਢੀ। ਪੰਥ ਤੋਂ ਵੱਧ ਪਿਆਰਾ ਸਾਡੇ ਵਾਸਤੇ ਕੁਛ ਨਹੀਂ ਹੈਗਾ। ਤੁਸੀਂ ਸਾਡੇ ਉੱਥੇ ਲਿਖਿਆ ਪਿਤਾਵਾਂ, ਪੰਥ ਦੀ ਮਾਂ ਦੀ, ਫਿਰ ਪਿੱਛੇ ਤੁਸੀਂ ਬੱਬਾ ਬਣਾਇਆ, ਉਹਦਾ ਕੀ ਮਤਲਬ? ਤੁਸੀਂ ਗਾਹ ਪੜ ਲਓ ਨਾ ਮੈਂ ਕੀ ਗਾਹ ਲਿਖਿਆ ਲਿਖਿਆ ਹੀ ਇੰਨਾ, ਵੀ ਤੁਸੀਂ ਲਿਖਿਆ ਹੀ ਤੂੰ ਇੰਨਾ ਆ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਹਾਂਜੀ, ਗੁਰਮੀਤ ਕੀ ਨਾਂ ਜੀ ਆਪਣਾ ਪੂਰਾ ਵੀਰ ਜੀ? ਹਾਂਜੀ ਗੁਰਮੀਤ ਸਿੰਘ ਬੋਲਦਾ ਜੀ ਮੈਂ। ਹਾਂਜੀ ਭਾਈ ਸਾਹਿਬ, ਮੈਂ ਵੀ ਗੁਰਮੀਤ ਸਿੰਘ ਹੀ ਬੋਲਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਆ। ਤੁਸੀਂ ਇੱਕ ਕਮੈਂਟ ਦੇ ਵਿੱਚ ਪੰਥ ਨੂੰ ਗਾਲ ਕੱਢੀ ਆ ਜੀ। ਨਹੀਂ ਮਹਾਰਾਜ, ਮੈਂ ਪੰਥ ਨੂੰ ਗਾਲ ਨਹੀਂ ਕੱਢੀ। ਪੰਥ ਤਾਂ ਸਾਡਾ ਸਭ ਤੋਂ ਬੜਾ ਪਿਆਰਾ ਹੈ। ਵੀਰ, ਓਕੇ ਮਹਾਰਾਜ, ਬਹੁਤ ਸੋਸ਼ਲ ਮੀਡੀਆ ਤੇ ਤੁਸੀਂ ਤੁਹਾਡੀ ਨਾ ਤੁਸੀਂ ਪਲੀਜ਼ 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 ਮੇਰੀ ਗੱਲ ਸੁਣ ਲਓ ਪਲੀਜ਼। ਮੈਂ ਨਾ ਥੋੜਾ ਇੱਕ ਥੋੜੀ ਗੱਲ ਕੀਤੀ ਸੀ ਮਾੜਾ ਜਿਹਾ। ਪੰਥ ਨੂੰ ਮੈਂ ਗਾਲ ਨਹੀਂ ਕੱਢੀ। ਪੰਥ ਤੋਂ ਵੱਧ ਪਿਆਰਾ ਸਾਡੇ ਵਾਸਤੇ ਕੁਛ ਨਹੀਂ ਹੈਗਾ। ਤੁਸੀਂ ਸਾਡੇ ਉੱਥੇ ਲਿਖਿਆ ਪਿਤਾਵਾਂ, ਪੰਥ ਦੀ ਮਾਂ ਦੀ, ਫਿਰ ਪਿੱਛੇ ਤੁਸੀਂ ਬੱਬਾ ਬਣਾਇਆ, ਉਹਦਾ ਕੀ ਮਤਲਬ? ਤੁਸੀਂ ਗਾਹ ਪੜ ਲਓ ਨਾ ਮੈਂ ਕੀ ਗਾਹ ਲਿਖਿਆ ਲਿਖਿਆ ਹੀ ਇੰਨਾ, ਵੀ ਤੁਸੀਂ ਲਿਖਿਆ ਹੀ ਤੂੰ ਇੰਨਾ ਆ ਭਾਈ। ਪਲੀਜ਼ ਆ ਤੁਸੀਂ ਨਾ ਮੈਂ ਨਾ ਚੇਂਜ ਨਾ ਛੇੜੀ ਸੀ ਮਾੜੀ ਜੀ। ਮੈਨੂੰ ਨਹੀਂ, ਐ ਕਿਉਂ? ਲੱਗਿਆ ਇੱਕ ਮੈਂ ਮਿੰਟ, ਕਹਿਣਾ ਚੇਂਜ ਛੇੜਨ ਨੂੰ ਆਪਾਂ ਪੰਥ ਦੀ ਮਾਂ ਨੂੰ ਗਾਲ ਕੱਢਾਂਗੇ? ਪੰਥ ਦੀ ਮਾਂ ਪਤਾ ਕੌਣ ਆ? ਮਾਤਾ ਸਾਹਿਬ ਕੌਰ ਜੀ? ਸਾਡੀ ਸਾਰੀ ਮਾਂ ਹੈ। ਮੇਰੀ ਨਹੀਂ, ਗੱਲ ਫਿਰ ਸੁਣ ਲਓ ਤੁਸੀਂ ਅੱਜ। ਤੁਸੀਂ ਪਹਿਲਾਂ ਬੋਲਣ ਲੱਗੇ ਸੋਚ ਤਾਂ ਲਿਆ ਕਰੋ, ਕੀ ਬੋਲਦੇ ਤੁਸੀਂ, ਕਿਹਦੇ ਬਾਰੇ ਬੋਲਦੇ ਆ? ਪਲੀਜ਼ ਕਿੱਡੀ ਮੇਰੀ ਵੱਡੀ ਇਹ ਗੱਲ ਆ? ਨਹੀਂ, ਕਿੱਡੀ ਵੱਡੀ ਗੱਲ ਆ? ਹੁਣ ਇਹ ਜਥੇਬੰਦੀਆਂ ਤੇ ਤੇਰੀ ਸਾਰੀ ਗੱਲ ਪਹੁੰਚੀ ਆ, ਤੇ ਕੀ ਤੇਰਾ ਬਣਨਾ ਪਤਾ? ਮੁੜ ਕੇ ਫਿਰ ਤੁਸੀਂ ਮਾਫੀਆਂ ਮੰਗਦੇ ਆ ਬੜੀ ਛੇਤੀ। ਗੱਲ ਤਾਂ ਸੁਣ ਲਓ ਬਰਾਓ, ਬਰੋ ਮੇਰੀ ਮੇਰੀ ਗੱਲ ਤਾਂ ਸੁਣ ਲਓ ਪਲੀਜ਼। ਕੀ ਤੇਰੀ ਸੁਣੀਏ? ਤੂੰ ਪੰਥ ਨੂੰ ਐਡੀ ਗਾਲ ਕੱਢੀ ਆ, ਕੀ ਤੇਰੀ ਸੁਣੀਏ? ਉਹ ਭਰਾਵਾ ਮੇਰਾ ਪੰਥ ਹੀ ਸਭ ਕੁਛ ਆ, ਠੀਕ ਆ। ਪੰਥ ਨਹੀਂ ਜੇ, ਇੱਕ ਮਿੰਟ, ਤੂੰ ਕਹਿੰਦਾ ਪੰਥ ਹੀ ਤੇਰਾ ਸਭ ਕੁਛ ਆ, ਤੇ ਤੂੰ ਉੱਥੇ ਕੀ ਬੋਲਿਆ ਆ ਕਮੈਂਟ ਦੇ ਵਿੱਚ? ਉਹ ਭਰਾਵਾ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ। ਮੇਰੀ ਦੁਨੀਆ ਸਭ ਪੰਥੀ ਆ, ਠੀਕ ਆ। ਮੈਂ ਤਾਂ ਇੱਕ ਦੇਖਣਾ ਸੀਗਾ ਵੀ ਪੰਥ ਨਹੀਂ, ਦੇ ਇੱਕ ਨਾਂ ਮਿੰਟ, ਤੇ ਦੇਖਣ ਨੂੰ ਇਹ ਕੁਛ ਕਰੂੰਗਾ ਤੂੰ? ਦੇਖਣ ਨੂੰ ਇਹ ਕੁਛ ਕਰੂੰਗਾ ਤੂੰ? ਪੰਥ ਦੀ ਮਾਂ ਨੂੰ ਚੰਗਾ ਗਾਲ ਕੱਢੇਗਾ ਤੂੰ? ਐਂ ਕਰ ਲਾ ਤੂੰ ਤੜਕੇ ਮੇਰੇ ਛਿੱਤਰ ਮਾਰ ਲੈ, ਠੀਕ ਆ। ਮੈਂ ਓਕੇ, ਕਾਹਨੂੰ ਛਿੱਤਰ ਮਾਰ? ਛਿੱਤਰ ਤੇ ਆਪ ਹੀ ਖਾ ਲੈਣੇ, ਇੱਦਾਂ ਦੇ ਤੇਰੇ ਲੱਛਣ ਆ। ਮੁੜ ਕੇ ਮਾਫੀਆਂ ਤੁਹਾਡੀਆਂ ਆ ਜਾਂਦੀਆਂ ਵੀਡੀਓ ਤੇ। ਨਹੀਂ, ਤੂੰ ਕਿਹੜਾ ਤਾਂ ਪਿੰਡ ਹੁਣ ਕਿਹੜਾ ਮੇਰੀ, ਤੇਰਾ? ਤੂੰ ਭਰਾਵਾ ਮੇਰੀ ਗੱਲ ਸੁਣ ਲਾ, ਨਹੀਂ ਤੂੰ ਤਾਂ ਹੁਣ ਪਿੰਡ ਮੇਰਾ ਕਿਹੜਾ ਭਰਾ। ਤੇਰਾ? ਜੇ ਹਨਾ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਛਿੱਤਰ ਖਾਣੇ ਆ, ਤੇ ਇਹ ਵੀ ਤੇਰਾ ਚਾਅ ਪੂਰਾ ਕਰ ਦਿੰਦੇ, ਤੂੰ ਪਿੰਡ ਦੱਸ ਕਿਹੜਾ ਤੇਰਾ? ਉਹ ਯਾਰ ਤੂੰ ਤੂੰ ਤਾਂ ਮੈਨੂੰ ਇੰਨੀ ਗੱਲ ਦੀ ਖੁਸ਼ੀ ਹੋਈ, ਪੰਥ ਦੇ ਨਾਂ ਦੇ ਨਾ ਇੰਨਾ ਭੜਕ ਗਏ ਲੋਕ। ਪਰ ਉਹ ਗੱਲ ਸੁਣੋ ਭਰਾਵਾ, ਤੂੰ ਕਹਿੰਦਾ ਪੰਥ ਦੇ ਨਾਂ ਤੇ ਭੜਕ ਗਏ? ਪੰਥ ਦੇ ਨਾਂ ਤੇ ਅਸੀਂ ਆਪਣਾ ਸਿਰ ਦੇ ਵੀ ਸਕਦੇ ਤੇ ਲੈ ਵੀ ਸਕਦੇ ਆ, ਤੂੰ ਭੜਕਣ ਦੀ ਗੱਲ ਕਰਦਾ? ਮੈਂ ਵੀ ਦੇ ਸਕਦਾ ਭਰਾਵਾ, ਮੈਂ ਵੀ ਦੇ ਸਕਦਾ, ਠੀਕ ਆ। ਕੀ ਦੇ? ਨਹੀਂ ਇੱਕ ਮਿੰਟ, ਤੇਰੀ ਨਾ ਅਣਖ ਮੈਂ ਤੇ, ਦੇ ਇੱਕ ਮਿੰਟ, ਸਕਦਾ, ਉਹ ਗੱਲ ਸੁਣ ਲਾ, ਉਹ ਗੱਲ ਸੁਣ ਲਾ, ਉਹ ਦੱਲਿਆ ਉਹ ਗੱਲ ਮੈਂ ਸੁਣ। ਵੀ ਦੇ ਚੱਲ ਸਕਦਾ, ਇੱਦਾਂ ਮੈਂ ਕਰ ਵੀ ਫੇ, ਦੇ ਇੱਦਾਂ ਸਕਦਾ, ਕਰ, ਮੈਂ ਇੱਦਾਂ ਕਰ, ਤੂੰ ਆਪਣਾ ਐਡਰੈਸ ਦੇ। ਖੜ ਜਾ ਤੂੰ, ਮੈਂ ਵੀ ਇਹੀ ਦੇਖਣਾ ਸੀਗਾ, ਮੈਂ ਲੈ ਸਕਦਾ ਦੇ ਸਕਦਾ ਮੈਂ। ਨਹੀਂ ਫੇ, ਚੱਲ ਚੱਲ ਐਡਰੈਸ ਦੇ ਫੇ ਤੂੰ ਆਪਣਾ। ਖੜ ਜਾ ਤੂੰ, ਖੜ ਜਾ, ਖੜ ਜਾ।
ਹੁਣ ਥੋੜੀ ਯਾਦ ਆ ਗਈ, ਤੁਹਾਡੇ ਯਾਦ ਆ ਗਈ ਤੁਹਾਡੇ, ਹੁਣ ਪਹਿਲਾਂ ਤੁਹਾਡੇ ਪੰਥ ਨੂੰ ਯਾਦ ਆਇਆ, ਅਸੀਂ ਦੇ ਸਕਦੇ ਐਡਰੈਸ ਦੇ, ਤੂੰ ਏਦਾਂ ਕਰ ਆਪਣਾ ਪਿੰਡ ਦੱਸ, ਪਿੰਡ ਦੱਸ ਤੂੰ ਕਿਹੜਾ ਤੇਰਾ ਹਰ ਜਾ ਤੂੰ ਭਾਈ। ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਆ, ਤੁਸੀਂ ਇੱਕ ਕਮੈਂਟ ਦੇ ਵਿੱਚ ਪੰਥ ਨੂੰ ਗਾਲ ਕੱਢੀ ਆ ਜੀ। ਨਹੀਂ ਮਹਾਰਾਜ, ਮੈਂ ਪੰਥ ਨੂੰ ਗਾਲ ਨਹੀਂ ਕੱਢੀ, ਪੰਥ ਤਾਂ ਸਾਡਾ ਸਭ ਤੋਂ ਬੜਾ ਪਿਆਰਾ ਵੀਰ ਮਹਾਰਾਜ। ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀ ਨਾ, ਤੁਸੀਂ ਪਲੀਜ਼ 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 ਮੇਰੀ ਗੱਲ ਸੁਣ ਲਓ ਪਲੀਜ਼। ਮੈਂ ਨਾ ਥੋੜਾ ਇੱਕ ਥੋੜੀ ਗੱਲ ਕੀਤੀ ਸੀ ਮਾੜਾ ਜਿਹਾ, ਪੰਥ ਤੋਂ ਮੈਂ ਗਾਲ ਨਹੀਂ ਕੱਢੀ, ਪੰਥ ਤੋਂ ਵੱਧ ਪਿਆਰਾ ਸਾਡੇ ਵਾਸਤੇ ਕੁਛ ਨਹੀਂ ਹੈਗਾ। ਤੁਸੀਂ ਉੱਥੇ ਲਿਖਿਆ ਪੰਥ ਦੀ ਮਾਂ ਦੀ ਫਿਰ ਪਿੱਛੇ ਤੁਸੀਂ ਬੱਬਾ ਬਣਾਇਆ, ਉਹਦਾ ਕੀ ਮਤਲਬ? ਤੁਸੀਂ ਗਾਂ ਪੜ੍ਹ ਲਓ ਨਾ, ਮੈਂ ਕੀ ਗਾਂ ਲਿਖਿਆ ਹੀ ਇੰਨਾ, ਤੁਸੀਂ ਲਿਖਿਆ ਹੀ ਤੂੰ ਇੰਨਾ ਆ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਹਾਂਜੀ, ਗੁਰਮੀਤ ਕੀ ਨਾਂ ਜੀ ਆਪਣਾ ਪੂਰਾ ਵੀਰ ਜੀ? ਹਾਂਜੀ ਗੁਰਮੀਤ ਸਿੰਘ ਬੋਲਦਾ ਜੀ। ਹਾਂਜੀ ਭਾਈ ਸਾਹਿਬ, ਮੈਂ ਵੀ ਗੁਰਮੀਤ ਸਿੰਘ ਹੀ ਬੋਲਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਆ, ਤੁਸੀਂ ਇੱਕ ਕਮੈਂਟ ਦੇ ਵਿੱਚ ਪੰਥ ਨੂੰ ਗਾਲ ਕੱਢੀ ਆ ਜੀ। ਨਹੀਂ ਮਹਾਰਾਜ, ਮੈਂ ਪੰਥ ਨੂੰ ਗਾਲ ਨਹੀਂ ਕੱਢੀ, ਪੰਥ ਤਾਂ ਸਾਡਾ ਸਭ ਤੋਂ ਬੜਾ ਪਿਆਰਾ ਵੀਰ ਮਹਾਰਾਜ। ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀ ਨਾ, ਤੁਸੀਂ ਪਲੀਜ਼ 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 ਮੇਰੀ ਗੱਲ ਸੁਣ ਲਓ ਪਲੀਜ਼। ਮੈਂ ਨਾ ਥੋੜਾ ਇੱਕ ਥੋੜੀ ਗੱਲ ਕੀਤੀ ਸੀ ਮਾੜਾ ਜਿਹਾ, ਪੰਥ ਤੋਂ ਮੈਂ ਗਾਲ ਨਹੀਂ ਕੱਢੀ, ਪੰਥ ਤੋਂ ਵੱਧ ਪਿਆਰਾ ਸਾਡੇ ਵਾਸਤੇ ਕੁਛ ਨਹੀਂ ਹੈਗਾ। ਤੁਸੀਂ ਉੱਥੇ ਲਿਖਿਆ ਪੰਥ ਦੀ ਮਾਂ ਦੀ ਫਿਰ ਪਿੱਛੇ ਤੁਸੀਂ ਬੱਬਾ ਬਣਾਇਆ, ਉਹਦਾ ਕੀ ਮਤਲਬ? ਤੁਸੀਂ ਗਾਂ ਪੜ੍ਹ ਲਓ ਨਾ, ਮੈਂ ਕੀ ਗਾਂ ਲਿਖਿਆ ਹੀ ਇੰਨਾ, ਤੁਸੀਂ ਲਿਖਿਆ ਹੀ ਤੂੰ ਇੰਨਾ ਆ ਭਾਈ। ਪਲੀਜ਼ ਆ ਤੁਸੀਂ ਨਾ, ਮੈਂ ਨਾ ਸਿੰਜ ਨਾ ਛੇੜੀ ਸੀ ਮਾੜੀ ਜੀ, ਨਹੀਂ ਕਿਉਂ ਇੱਕ ਮਿੰਟ ਚਿੰਜ ਛੇੜਨ ਨੂੰ ਆਪਾਂ ਪੰਥ ਦੀ ਮਾਂ ਨੂੰ ਗਾਲ ਕੱਢਾਂਗੇ? ਪੰਥ ਦੀ ਮਾਂ ਪਤਾ ਕੌਣ ਆ? ਮਾਤਾ ਸਾਹਿਬ ਕੌਰ ਜੀ, ਸਾਡੀ ਸਾਰੀ ਮਾਂ ਹੈ। ਨਹੀਂ ਫਿਰ ਤੁਸੀਂ ਤੁਸੀਂ ਪਹਿਲਾਂ ਬੋਲਣ ਲੱਗੇ, ਸੋਚ ਤਾਂ ਲਿਆ ਕਰੋ ਕੀ ਬੋਲਦੇ ਤੁਸੀਂ, ਕਿਹਦੇ ਬਾਰੇ ਬੋਲਦੇ ਆ? ਪਲੀਜ਼ ਕਿੱਡੀ ਵੱਡੀ ਇਹ ਗੱਲ ਆ? ਨਹੀਂ ਕਿੱਡੀ ਵੱਡੀ ਗੱਲ ਆ, ਹੁਣ ਇਹ ਜਥੇਬੰਦੀਆਂ ਤੇ ਤੇਰੀ ਸਾਰੀ ਗੱਲ ਪਹੁੰਚੀ ਆ, ਤੇ ਕੀ ਤੇਰਾ ਬਣਨਾ ਪਤਾ? ਮੁੜ ਕੇ ਫਿਰ ਤੁਸੀਂ ਮਾਫੀਆਂ ਮੰਗਦੇ ਆ ਬੜੀ ਛੇਤੀ। ਗੱਲ ਤਾਂ ਸੁਣ ਲਓ ਬਰਾ, ਬਰੋ ਮੇਰੀ ਮੇਰੀ ਗੱਲ ਤਾਂ ਸੁਣ ਲਓ ਪਲੀਜ਼। ਕੀ ਤੇਰੀ ਸੁਣੀਏ, ਤੂੰ ਪੰਥ ਨੂੰ ਐਡੀ ਗਾਲ ਕੱਢੀ ਆ, ਕੀ ਤੇਰੀ ਸੁਣੀਏ? ਉਹ ਭਰਾਵਾ ਮੇਰਾ ਪੰਥ ਹੀ ਸਭ ਕੁਛ ਆ, ਠੀਕ ਆ? ਨਹੀਂ ਜੇ ਇੱਕ ਮਿੰਟ, ਤੂੰ ਕਹਿੰਦਾ ਪੰਥ ਹੀ ਤੇਰਾ ਸਭ ਕੁਛ ਆ, ਤਾਂ ਤੂੰ ਉੱਥੇ ਕੀ ਬੋਲਿਆ ਆ ਕਮੈਂਟ ਦੇ ਵਿੱਚ? ਉਹ ਭਰਾਵਾ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ, ਮੇਰੀ ਦੁਨੀਆ ਸਭ ਪੰਥ ਹੀ ਆ, ਠੀਕ ਆ? ਮੈਂ ਤਾਂ ਇੱਕ ਦੇਖਣਾ ਸੀਗਾ ਵੀ ਪੰਥ। ਨਹੀਂ ਇੱਕ ਮਿੰਟ, ਦੇਖਣ ਨੂੰ ਇਹ ਕੁਛ ਕਰੂੰਗਾ ਤੂੰ? ਦੇਖਣ ਨੂੰ ਇਹ ਕੁਛ ਕਰੂੰਗਾ ਤੂੰ? ਪੰਥ ਦੀ ਮਾਂ ਨੂੰ ਗਾਲ ਕੱਢੇਗਾ ਤੂੰ? ਐ ਕਰ ਲਾ ਤੂੰ, ਤੜਕੇ ਮੇਰੇ ਛਿੱਤਰ ਮਾਰ ਲੈ, ਠੀਕ ਆ? ਮੈਂ ਕਾਹਨੂੰ ਛਿੱਤਰ ਮਾਰ? ਛਿੱਤਰ ਤੇ ਆਪ ਹੀ ਖਾ ਲੈਣੇ, ਏਦਾਂ ਦੇ ਤੇਰੇ ਲੱਛਣ ਆ, ਮੁੜ ਕੇ ਮਾਫੀਆਂ ਤੁਹਾਡੀਆਂ ਆ ਜਾਂਦੀਆਂ ਵੀਡੀਓ ਤੇ। ਨਹੀਂ ਨਹੀਂ, ਕਿਹੜਾ ਪਿੰਡ ਕਿਹੜਾ ਤੇਰਾ? ਤੂੰ ਭਰਾਵਾ ਮੇਰੀ ਗੱਲ ਸੁਣ ਲਾ। ਨਹੀਂ ਪਿੰਡ ਕਿਹੜਾ ਤੇਰਾ? ਜੇ ਹਨਾ ਤੁਸੀਂ ਏਦਾਂ ਦੀਆਂ ਗੱਲਾਂ ਕਰਕੇ ਛਿੱਤਰ ਖਾਣੇ ਆ, ਤੇ ਇਹ ਵੀ ਤੇਰਾ ਚਾਪ ਪੂਰਾ ਕਰ ਦਿੰਦੇ, ਤੂੰ ਪਿੰਡ ਦੱਸ ਕਿਹੜਾ ਤੇਰਾ? ਓ ਯਾਰ ਤੂੰ ਤੂੰ ਤਾਂ ਮੈਨੂੰ ਇੰਨੀ ਗੱਲ ਦੀ ਖੁਸ਼ੀ ਹੋਈ, ਪੰਥ ਦੇ ਨਾਂ ਦੇ ਨਾ ਇੰਨਾ ਭੜਕ ਗਏ ਲੋਕ। ਪਰ ਉਹ ਗੱਲ ਸੁਣੋ ਭਰਾਵਾ,
ਤੂੰ ਕਹਿੰਦਾ ਪੰਥ ਦੇ ਨਾਂ ਤੇ ਭੜਕ ਗਿਆ, ਪੰਥ ਦੇ ਨਾਂ ਤੇ ਅਸੀਂ ਆਪਣਾ ਸਿਰ ਦੇ ਵੀ ਸਕਦੇ ਤੇ ਲੈ ਵੀ ਸਕਦੇ ਆ, ਤੂੰ ਭੜਕਣ ਦੀ ਗੱਲ ਕਰਦਾ। ਮੈਂ ਵੀ ਦੇ ਸਕਦਾ ਭਰਾਵਾ, ਮੈਂ ਵੀ ਦੇ ਸਕਦਾ, ਠੀਕ ਹੈ। ਕੀ ਦੇਖ? ਨਹੀਂ ਇੱਕ ਮਿੰਟ, ਤੇਰੀ ਅਣਖ ਦੇ, ਇੱਕ ਮਿੰਟ ਗੱਲ ਸੁਣ ਲਾ, ਗੱਲ ਸੁਣ ਲਾ, ਦੱਲਿਆ ਉਹ ਗੱਲ ਸੁਣ, ਚੱਲ ਚੱਲ ਏਦਾਂ ਕਰ, ਫੇ ਏਦਾਂ ਕਰ, ਏਦਾਂ ਕਰ, ਤੂੰ ਆਪਣਾ ਐਡਰੈਸ ਦੇ, ਖੜ ਜਾ ਖੜ ਜਾ ਖੜ ਜਾ ਖੜ ਜਾ ਤੂੰ, ਮੈਂ ਵੀ ਇਹੀ ਦੇਖਣਾ ਸੀਗਾ, ਲੈ ਸਕਦਾ ਦੇ ਸਕਦਾ ਮੈਂ, ਨਹੀਂ ਫੇਰ ਚੱਲ ਚੱਲ ਐਡਰੈਸ ਦੇ ਫੇਰ ਤੂੰ ਆਪਣਾ, ਖੜ ਜਾ ਤੂੰ, ਖੜ ਜਾ ਖੜ ਜਾ, ਹੁਣ ਥੋੜੀ ਯਾਦ ਆ ਗਈ ਤੁਹਾਡੇ, ਯਾਦ ਆ ਗਈ ਤੁਹਾਡੇ, ਹੁਣ ਪਹਿਲਾਂ ਥੋੜੇ ਪੰਥ ਨੂੰ ਯਾਦ ਆਇਆ, ਅਸੀਂ ਦੇ ਸਕਦੇ ਐਡਰੈਸ ਦੇ, ਤੂੰ ਏਦਾਂ ਕਰ ਆਪਣਾ ਪਿੰਡ ਦੱਸ, ਪਿੰਡ ਦੱਸ ਤੂੰ ਕਿਹੜਾ ਤੇਰਾ, ਖੜ ਜਾ ਤੂੰ,